ਇੰਡਸਟਰੀ ਦੇ ਸਿਕਿਉਰਿਟੀ ਦੇ ਨੋਰਮਸ ਹੈ ਉਹ ਪੂਰੇ ਹੋਏ ਸੀਗੇ ਕਿ ਨਹੀਂ ਹੋਏ ਸੀਗੇ, ਜੇ ਨਹੀਂ ਹੋਏ ਸੀਗੇ ਤੇ ਕੌਣ ਜ਼ਿੰਮੇਵਾਰ? ਮਾਲਕ ਹੋ ਗਿਆ, ਜਿਹੜੇ ਜਿਹੜੇ ਡਿਪਾਰਟਮੈਂਟਸ ਹੈ, ਬੰਦੀ ਕਾਰਵਾਈ ਐਕਸ਼ਨ ਸਖਤ ਲਿਆ ਸਰ, ਕਿਉਂਕਿ ਜਿਹੜਾ ਫੈਕਟਰੀ ਦਾ ਮਾਲਕ ਵੀ ਉਹ ਮੌਕੇ ਤੇ ਨਹੀਂ ਪਹੁੰਚ ਸਕਿਆ। ਥੋੜੇ ਟਾਈਮ ਤੱਕ ਲੱਗ ਜਾਊਗਾ, ਕ੍ਰਿਟੀਕਲ ਹੈ, ਕ੍ਰਿਟੀਕਲ ਹੈ। 5-6 ਲੋਕ ਸੀਗੇ ਜੀ, ਉਹਨਾਂ ਦੀ ਹਾਲਾਤ ਸਾਰੇ ਉਹਨਾਂ ਦੀ ਠੀਕ ਹੈ, ਠੀਕ ਹੈ, ਖਤਰੇ ਤੋਂ ਬਾਹਰ ਹੈ। ਹਾਂਜੀ, 3-4 ਮਹੀਨੇ ਹੋਏ ਲੱਗਿਆ ਨੂੰ, ਹਲੇ ਤੇ ਲੱਗਿਆ ਤਾਂ 3 ਮਹੀਨੇ ਹੋਏ, ਨਵੇਂ ਲੱਗੇ ਹਲੇ ਉਹ। ਤੁਹਾਡਾ ਕੀ ਨਾਮ ਹੈ? ਪਹਿਲੇ ਵੀ ਇਹੀ ਕੰਮ ਕਰਦੇ ਸੀ ਮੇਰੇ ਪਿਤਾ ਜੀ ਆ। ਪਹਿਲੇ ਕਿੱਥੇ ਕਰਦੇ ਸੀ? ਹਾਂਜੀ, ਹੁਣ ਦੱਸਿਆ ਪੁਲਿਸ ਨੂੰ ਕਿੱਥੇ ਲੱਗਾ ਕਰ, ਪਤਾ ਲੱਗਾ ਹੁਣ ਕੀ ਕਿੱਥੇ ਕਿੱਥੇ? ਹਾਂਜੀ ਹਾਂਜੀ, ਮੈਨੂੰ ਪਤਾ ਨਹੀਂ ਕਿੱਥੇ ਆ। ਆਪਣੇ ਪਿਤਾ ਨੂੰ ਇੰਡਸਟਰੀ ਦੇ ਸਿਕਿਉਰਿਟੀ ਦੇ ਨੋਰਮਸ ਹੈ ਉਹ ਪੂਰੇ ਹੋਏ ਸੀਗੇ ਕਿ ਨਹੀਂ ਹੋਏ ਸੀਗੇ, ਜੇ ਨਹੀਂ ਹੋਏ ਸੀਗੇ ਤੇ ਕੌਣ ਜ਼ਿੰਮੇਵਾਰ? ਮਾਲਕ ਹੋ ਗਿਆ, ਜਿਹੜੇ ਜਿਹੜੇ ਡਿਪਾਰਟਮੈਂਟਸ ਹੈ, ਬੰਦੀ ਕਾਰਵਾਈ ਐਕਸ਼ਨ ਸਖਤ ਲਿਆ ਸਰ, ਕਿਉਂਕਿ ਜਿਹੜਾ ਫੈਕਟਰੀ ਦਾ ਮਾਲਕ ਵੀ ਉਹ ਮੌਕੇ ਤੇ ਨਹੀਂ ਪਹੁੰਚ ਸਕਿਆ। ਮੇਰਾ ਕੰਟ ਕਮੈਂਟ ਦੇਖੋ, ਇਹਨੂੰ ਲੈ ਕੇ ਕੈਂਪਸ ਚ ਬਿਠਾ ਕੇ ਉਹਦਾ ਕੀ ਬਣੇ, ਜਾਣਨੀ ਬਹੁਤ ਜ਼ਰੂਰੀ ਹੈ। ਇਹੋ ਜਿਹੀਆਂ ਜਿਹੜੀਆਂ ਫੈਕਟਰੀਜ਼ ਨੇ, ਖਾਸ ਤੌਰ ਤੇ ਵੱਡਾ ਕੈਮੀਕਲ ਹੈ, ਆਡਿਟ ਸਮੇਂ ਸਿਰ ਹੋਣਾ ਚਾਹੀਦਾ ਹੈ, ਸ਼ਿਕਾਇਤ ਨਹੀਂ ਆ ਗਿਆ। ਪਾਵਰ ਜਿਹੜਾ ਆਪਣਾ ਪੋਲੂਸ਼ਨ ਬੋਰਡ ਹੈ, ਉਹਨਾਂ ਜਿਹੜੀ ਪੋਲੂਸ਼ਨ ਮੂਲੀਅਤ ਦੇ ਦਿੱਤੀ, ਥੋੜੇ ਟਾਈਮ ਤੱਕ ਲੱਗ ਜਾਊਗਾ, ਕ੍ਰਿਟੀਕਲ ਹੈ, ਕ੍ਰਿਟੀਕਲ ਹੈ। 5-6 ਲੋਕ ਸੀਗੇ ਜੀ, ਉਹਨਾਂ ਦੀ ਹਾਲਾਤ ਸਾਰੇ ਉਹਨਾਂ ਦੀ ਠੀਕ ਹੈ, ਠੀਕ ਹੈ, ਖਤਰੇ ਤੋਂ ਬਾਹਰ ਹੈ। ਹਾਂਜੀ, 3-4 ਮਹੀਨੇ ਹੋਏ ਲੱਗਿਆ ਨੂੰ, ਹਲੇ ਤੇ ਲੱਗਿਆ ਤਾਂ 3 ਮਹੀਨੇ ਹੋਏ, ਨਵੇਂ ਲੱਗੇ ਹਲੇ ਉਹ। ਤੁਹਾਡਾ ਕੀ ਨਾਮ ਹੈ? ਪਹਿਲੇ ਵੀ ਇਹੀ ਕੰਮ ਕਰਦੇ ਸੀ ਮੇਰੇ ਪਿਤਾ ਜੀ ਆ। ਪਹਿਲੇ ਕਿੱਥੇ ਕਰਦੇ ਸੀ? ਹਾਂਜੀ, ਹੁਣ ਦੱਸਿਆ ਪੁਲਿਸ ਨੂੰ ਕਿੱਥੇ ਲੱਗਾ ਕਰ, ਪਤਾ ਲੱਗਾ ਹੁਣ ਕੀ ਕਿੱਥੇ ਕਿੱਥੇ? ਹਾਂਜੀ ਹਾਂਜੀ, ਮੈਨੂੰ ਪਤਾ ਨਹੀਂ ਕਿੱਥੇ ਆ। ਇੰਡਸਟਰੀ ਦੇ ਸਿਕਿਉਰਿਟੀ ਦੇ ਨੋਰਮਸ ਹੈ ਉਹ ਪੂਰੇ ਹੋਏ ਸੀਗੇ ਕਿ ਨਹੀਂ ਹੋਏ ਸੀਗੇ, ਜੇ ਨਹੀਂ ਹੋਏ ਸੀਗੇ ਤੇ ਕੌਣ ਜ਼ਿੰਮੇਵਾਰ? ਮਾਲਕ ਹੋ ਗਿਆ, ਜਿਹੜੇ ਜਿਹੜੇ ਡਿਪਾਰਟਮੈਂਟਸ ਹੈ, ਬੰਦੀ ਕਾਰਵਾਈ ਐਕਸ਼ਨ ਸਖਤ ਲਿਆ ਸਰ, ਕਿਉਂਕਿ ਜਿਹੜਾ ਫੈਕਟਰੀ ਦਾ ਮਾਲਕ ਵੀ ਉਹ ਮੌਕੇ ਤੇ ਨਹੀਂ ਪਹੁੰਚ ਸਕਿਆ। ਮੇਰਾ ਕੰਟ ਕਮੈਂਟ ਦੇਖੋ, ਇਹਨੂੰ ਲੈ ਕੇ ਕੈਂਪਸ ਚ ਬਿਠਾ ਕੇ ਉਹਦਾ ਕੀ ਬਣੇ, ਜਾਣਨੀ ਬਹੁਤ ਜ਼ਰੂਰੀ ਹੈ। ਇਹੋ ਜਿਹੀਆਂ ਜਿਹੜੀਆਂ ਫੈਕਟਰੀਜ਼ ਨੇ, ਖਾਸ ਤੌਰ ਤੇ ਵੱਡਾ ਕੈਮੀਕਲ ਹੈ, ਆਡਿਟ ਸਮੇਂ ਸਿਰ ਹੋਣਾ ਚਾਹੀਦਾ ਹੈ, ਸ਼ਿਕਾਇਤ ਨਹੀਂ ਆ ਗਿਆ। ਪਾਵਰ ਜਿਹੜਾ ਆਪਣਾ ਪੋਲੂਸ਼ਨ ਬੋਰਡ ਹੈ, ਉਹਨਾਂ ਜਿਹੜੀ ਪੋਲੂਸ਼ਨ ਮੂਲੀਅਤ ਦੇ ਦਿੱਤੀ, ਕਿਆ ਇਹ ਸਿਰਫ ਦਾਵਾ ਹੀ ਰਹਿ ਜਾਏਗਾ ਜਾਂ ਇੰਪਲੀਮੈਂਟ ਹੋਏਗੀ? ਦੇਖੋ ਜੀ, ਇਨ ਕਮਿੰਗ ਡੇਜ਼ ਅੱਜ ਤੋਂ ਕੱਲ ਤੁਸੀਂ ਐਕਸ਼ਨ ਦੇਖੋਗੇ। ਮੈਂ ਜਾ ਰਿਹਾ ਸੀ ਕਿ ਪੁਰਾਣੇ ਤਰੀਕੇ ਨਾਲ ਪੁਰਾਣੇ ਬਹੁਤ ਸਾਲਾਂ ਦੇ ਫੈਕਟਰੀ
ਦੇਖੋ ਇਹ ਇਹ ਟੈਕਨੀਕਲ ਇਸ਼ੂ ਹੈ, ਕੰਸਰਨ ਡਿਪਾਰਟਮੈਂਟ ਨਾਲ ਸਲਾਹ ਨਾਲ ਗੱਲ ਕੀਤੀ ਜਾਊਗੀ। ਨੰਬਰ 1 ਜਿਹੜੀ ਕਰ ਰਹੀ ਹੈ ਕਿੰਨੀ ਦੇਰ ਤੱਕ ਕੰਟਰੋਲ ਕੀਤਾ ਜਾ, ਕਿਉਂਕਿ ਅੱਖਾਂ ਨੂੰ ਪੈ ਰਹੀ ਹੈ ਉੱਪਰ ਜਿਹੜੇ ਰਾਹਗੀਰ ਹੈ ਉੱਪਰ ਹੋ ਗਈ ਇਟ ਇਟ ਇਜ਼ ਆਲਮੋਸਟ ਡਨ। ਜਿਹੜਾ ਨੌਜਵਾਨ ਸਰ ਕੱਢਿਆ ਗਿਆ ਬੜਾ ਲੰਬਾ ਸਮਾਂ ਪੁਲਿਸ ਵੱਲੋਂ ਫਾਇਰ ਗ੍ਰੇਡ ਵੱਲੋਂ ਕੱਢਿਆ ਗਿਆ, ਕੀ ਉਹ ਹੁਣ ਠੀਕ ਹੈ ਜਾਂ ਉਸ ਦੀ ਡੈਥ ਹੋ ਗਈ? ਨਹੀਂ, ਥੋੜੇ ਟਾਈਮ ਤੱਕ ਲੱਗੂਗਾ ਪਤਾ। ਕ੍ਰਿਟੀਕਲ ਹੈ, ਕ੍ਰਿਟੀਕਲ ਹੈ। ਕਿੰਨੇ ਲੋਕ ਅੰਦਰ ਚੱਲ ਗਏ? 5-6 ਲੋਕ ਸੀਗੇ ਜੀ। ਉਹਨਾਂ ਦੀ ਹਾਲਾਤ ਸਾਰਿਆਂ ਦੀ ਠੀਕ ਹੈ? ਠੀਕ ਹੈ, ਖਤਰੇ ਤੋਂ ਬਾਹਰ ਹੈ? ਹਾਂਜੀ। 3-4 ਮਹੀਨੇ ਹੋਏ ਲੱਗਿਆ ਨੂੰ ਹਲੇ, ਤੇ ਲੱਗਿਆ ਤਾਂ 3-4 ਮਹੀਨੇ ਹੋਏ, ਨਵੇਂ ਨਵੇਂ ਲੱਗੇ ਹਲੇ ਉਹ। ਤੁਹਾਡਾ ਕੀ ਨਾਮ ਮੈਡਮ? ਪਹਿਲੇ ਵੀ ਇਹੀ ਕੰਮ ਕਰਦੇ ਸੀ, ਮੇਰੇ ਪਿਤਾ ਜੀ ਆ। ਪਹਿਲਾਂ ਕਿੱਥੇ ਕਰਦੇ ਸੀ? ਹਾਂਜੀ, ਹੁਣ ਦੱਸਿਆ ਪੁਲਿਸ ਨੂੰ ਪਤਾ ਲੱਗਾ ਕਰ, ਪਤਾ ਲੱਗਾ ਹੁਣ ਕੀ ਕਿੱਥੇ ਕਿੱਥੇ? ਹਾਂਜੀ ਹਾਂਜੀ, ਮੈਨੂੰ ਪਤਾ ਨਹੀਂ ਕਿੱਥੇ ਆ। ਮੈਂ ਆਪਣੇ ਵੀ ਤੁਹਾਨੂੰ